ਇਸ ਤਰ੍ਹਾਂ ਹੁੰਦਾ ਕਿ ਜਦੋਂ ਲਿਖਣ ਲੱਗਿਆ ਨਾ ਹੱਥ ਵੱਜ ਜਾਂਦੇ ਵੀ ਨਹੀਂ ਤੂੰ ਲਿਖ ਨਹੀਂ ਸਕਦਾ। ਥੋੜਾ ਬਹੁਤਾ ਗੌਣ ਗੌਣ ਦਾ ਮਾੜਾ ਮੋਟਾ ਲੱਗੇ ਇੱਕ ਦੋ ਪ੍ਰੋਗਰਾਮ ਕੀਤੇ ਤਾਂ ਉਹ ਠੀਕ ਸਟੇਜ ਤੇ ਲੱਗਿਆ। ਤੁਸੀਂ ਕੀ ਰਿਮਾਰਕਸ ਜਾਂ ਕੀ ਸੋਚ ਰੱਖਦੇ ਹੋ ਸਿੱਧੂ ਮੂਸੇਵਾਲੇ ਬਾਰੇ? ਪੰਜਾਬ ਮੈਨੂੰ ਐ ਲੱਗਦਾ ਕਿ ਬਿਲਕੁਲ ਇੱਕ ਛੋਟੀ ਜੀ ਤੀਲੀ ਵੀ ਜੇ ਲੱਗ ਜਾਵੇ ਇਹਨਾਂ ਦਾ ਐਸ ਤਰ੍ਹਾਂ ਪਾਂਬੜ ਮੱਚ ਸਕਦੇ ਨੇ ਹਾਲਾਤ। ਇਹੋ ਜੇ ਬਣੇ ਹੋਏ ਨੇ। ਫੀਕੀ ਵਾਈਰ 10678 FM ਦੇ ਸਟੂਡੀਓਸ ਤੋਂ ਪ੍ਰੋਗਰਾਮ ਪੰਜਾਬੀ ਬੀਟਸ ਦੇ ਵਿੱਚ ਆਪ ਸਭ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਕਹਿੰਦਾ ਜੀ ਮੈਂ ਇਸ ਪ੍ਰੋਗਰਾਮ ਦਾ ਪੇਸ਼ਕਾਰ ਮਨਜੋਤ ਸਿੰਘ ਪੰਨੋ ਮੇਰੇ ਨਾਲ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਟੂਡੀਓ ਦੇ ਵਿੱਚ ਮੌਜੂਦ ਨੇ ਜੀ ਗੁਰਵਿੰਦਰ ਬਰਾੜ ਸਾਹਿਬ ਗੁਰਵਿੰਦਰ ਬਰਾੜ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਅਕਸਰ ਸਾਡੇ ਸਟੇਸ਼ਨ ਤੋਂ ਸੁਣਦੇ ਹੋ ਅੱਜ ਵੀ ਹੁਣ ਸੁਣਿਆ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਉਹਨਾਂ ਦੇ ਹੀ ਗਾਏ ਹੋਏ ਗੀਤ ਨਹੀਂ ਤੋ ਸ਼ੇਵ ਦੀ ਕਿਤਾਬ ਵਰਗੀ ਤੇ ਮੈਂ ਪਾਸ ਦਿਆਂ ਗੀਤਾਂ ਦਾ ਸੁਦਾਈ ਸੁਣਿਆ ਬਰਾੜ ਸਾਹਿਬ ਦਾ ਪਹਿਲਾਂ ਸਵਾਗਤ ਕਰਦੇ ਹਾਂ ਗੱਲਬਾਤ ਫਿਰ ਸ਼ੁਰੂ ਕਰਾਂਗੇ ਅੱਗੇ ਬਰਾੜ ਸਾਹਿਬ ਜੀ ਐਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਮੇ ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਕੈਲਕਰੀ ਤੇ ਮੇਰੇ ਖਿਆਲ ਆਮਦ ਤੁਹਾਡੀ ਕਾਫੀ ਦਿਨਾਂ ਤੋਂ ਹੋਈ ਹੈ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਚੰਗਾ ਜੀ ਜਦੋਂ ਵੀ ਆਈ ਦਾ ਬਹੁਤ ਚੰਗਾ ਲੱਗਦਾ ਔਰ ਖਾਸ ਕਰਕੇ ਮੈਂ ਮੇਲੇ ਵਗੈਰਾ ਜਿ ショਅ ਗਰਮੀ ਚ ਹੁੰਦੇ ਆ ਜੀ ਗਰਮ ਇਹ ਬਹੁਤ ਚੰਗਾ ਲੱਗਦਾ ਮੌਸਮ ਮਾਸਮ ਦੀ ਮੈਂ ਕੀ ਗੱਲ ਕਰਦਾ ਜੀ ਮੈਂ ਕਹਿੰਦਾ ਜਿਵੇਂ ਆਪਣੇ ਦੀਵਾਲੀ ਵੇਲੇ ਹੁੰਦਾ ਨਾ ਪੰਜਾਬ ਦੇ ਵਿੱਚ ਜੀ ਜੀ ਮੈਨੂੰ ਤਾਂ ਉਦਾਂ ਫੀਲ ਹੋ ਰਿਹਾ ਉਹ ਵਾਲੇ ਦਿਨ ਅੱਜ ਕੱਲ੍ਹ ਅੱਜ ਅਸੀਂ ਤਾਂ ਫਿਰ 45 43 47 ਐਲ ਟੈਂਪਰੇਚਰ ਅੱਜ ਅੱਜ ਸਮਝ ਲਓ ਕਿ 30 ਡਿਗਰੀ ਇੱਥੇ ਟੈਂਪਰੇਚਰ ਹੈ ਹਾਂਜੀ ਤੇ ਉਹਦੇ ਨਾਲ ਹੀ ਅੱਜ ਹੀਟ ਵਾਰਨਿੰਗ ਆ ਪਰ ਇਹ ਫਰਕ ਜ਼ਰੂਰ ਹੈ ਕਿ ਜਿਹੜੀ 30 ਡਿਗਰੀ ਆ ਨਾ ਉਹ ਪੰਜਾਬ ਦੀ 45 ਵਰਗੀ ਆ ਕਿ ਸਕਿਨ ਬਰਨ ਜਿਹੜੀ ਆ ਨਾ ਉਹ ਜ਼ਿਆਦਾ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਬਰਾਦ ਸਾਹਿਬ ਗੀਤਾਂ ਦੀ ਗੱਲਬਾਤ ਜਿਹੜੀ ਆ ਉਹ ਵੀ ਆਪਾਂ ਅੱਗੇ ਚੱਲ ਕੇ ਕਰਦੇ ਆ ਕਿਉਂਕਿ ਆਪਾਂ ਜੜਾਂ ਤੋਂ ਜੇ ਗੱਲ ਨਾ ਸ਼ੁਰੂ ਕਰੀਏ ਤੇ ਮੈਨੂੰ ਲੱਗਦਾ ਫਿਰ ਉਹ ਚੰਗੀ ਜਿਹੀ ਨਹੀਂ ਲੱਗਦੀ ਹਾਂਜੀ ਬਚਪਨ ਦੇ ਬਾਰੇ ਤੁਸੀਂ ਪਹਿਲਾਂ ਸਾਨੂੰ ਥੋੜਾ ਜਿਹਾ ਦੱਸੋ ਆਪਣੀ ਪੜ੍ਹਾਈ ਬਾਰੇ ਇਹ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਪੀਏਯੂ ਦੇ ਪਾਸ ਤੋਂ ਜੀ 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 ਸਾਰੀ ਥੋੜੀ ਜਿਹੀ ਬਰੀਫ ਤੇ ਵਿੱਚ ਸਾਡੇ ਨਾਲ ਹੋ ਹਾਂਜੀ ਬਰੀਫ ਚ ਹੈ ਕਿ ਮੇਰਾ ਪਿੰਡ ਹੈ ਜੀ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਮਹਾਬੱਦਰ ਜੀ ਮੈਂ ਗੀਤਾਂ ਦੇ ਵਿੱਚ ਵੀ ਆਪਣੇ ਗਾਣਿਆਂ 'ਚ ਵੀ ਪਾਉਣਾ ਹੂੰ ਹੂੰ ਤੇ ਉਦੋਂ ਫਿਰ ਮੈਟਰਕ ਕੀਤੀ ਸੀਗੀ ਜੀ ਜੀ ਫਿਰ ਆਫਟਰ ਥੈਟ ਪੀਏਯੂ ਲੁਧਿਆਣਾ ਤੋਂ ਬੀਐਸਸੀ ਖੇਤੀਬਾੜੀ ਹੂੰ ਹੂੰ ਫਿਰ ਬੀਏਡ ਖਾਲਸਾ ਕਾਲਜ ਮੁਕਸਰ ਜੀ ਓਕੇ ਤੇ ਫਿਰ ਸਰਕਾਰੀ ਟੀਚਰ ਵਾਹ ਤੇ ਫਿਰ ਗਾਇਕ ਵਾਹ ਵਾ ਤੁਸੀਂ ਮਤਲਬ ਇੱਕ ਪੂਰੇ ਦਾ ਪੂਰਾ ਆਪਣੇ ਆਪ ਦੇ ਵਿੱਚ ਵੈਸੇ ਪੈਕੇਜ ਹੋ ਮੈਨੂੰ ਪਤਾ ਹੈ ਕਿਉਂਕਿ ਬਹੁਤ ਸਾਰੇ ਗੀਤਾਂ ਦੇ ਵਿੱਚ ਮੈਨੂੰ ਜਾਂ ਮੈਂ ਜੇ ਗਲਤ ਨਾ ਹੋਵਾਂ ਤੇ ਲਗਭਗ ਜ਼ਿਆਦਾਤਰ ਜਿਹੜੇ ਤੁਹਾਡੇ ਖਾਸ ਤੌਰ ਤੇ ਉੱਤੇ ਕੱਲਿਆਂ ਦੇ ਸੋਲੋ ਜਿਹੜੇ ਗੀਤ ਨੇ ਮੇਰੇ ਖਿਆਲ ਗਾਣੇ ਤੁਹਾਡੇ ਆਪ ਹੀ ਲਿਖੇ ਹੁੰਦੇ ਆ ਹਾਂਜੀ ਹਾਂਜੀ ਤੇ ਮੈਂ ਸਾਡੇ ਨਾ ਮੈਂ ਐਵੇਂ ਕਰਦਾ ਸੀ ਜਦੋਂ ਸਾਡੇ ਪ੍ਰੋਫੈਸਰ ਸਾਨੂੰ ਇਹ ਕਹਿੰਦੇ ਹੁੰਦੇ ਸੀ ਕਿ ਜਿਹੜਾ ਗੀਤ ਹੈ ਨਾ ਇਹਦੀ ਆਮਦ ਜੀ ਜਿਹੜੀ ਗਜ਼ਲ ਦੀ ਆਮਦ ਹੈ ਖਾਸ ਤੌਰ ਤੇ ਉੱਤੇ ਮੈਂ ਇੱਥੇ ਨਾਂ ਲਵਾਂ ਸਾਡੇ ਪੋਇਟਰੀ ਦੇ ਪ੍ਰੋਫੈਸਰ ਸੀਗੇ ਜੀ ਅੰਮ੍ਰਿਤਸਰ ਡੀਏਵੀ ਕਾਲਜ ਪ੍ਰੋਫੈਸਰ ਐਨ ਕੇ ਉਪਰੋਈ ਓ ਅੱਛਾ ਅੱਛਾ ਤੇ ਉਹਨਾਂ ਨੇ ਕਹਿਣਾ ਜਦੋਂ ਇੱਕ ਦਿਨ ਉਹ ਆਏ ਕਲਾਸ ਲਾਉਣ ਤੇ ਉਹ ਕਹਿੰਦੇ ਵੀ ਪਤਾ ਕਿੱਦਾਂ ਆਉਂਦੀ ਆ ਵੀ ਨਾਂ ਜ਼ੁਬਾਨ ਸੇ ਨਾਂ ਕਲਮ ਸੇ ਗ਼ਜ਼ਲ ਹੋਤੀ ਹੈ ਹੂੰ ਦੂਸਰਾ ਪਿਆਰ ਸੇ ਦੇਖੇ ਤੋ ਗ਼ਜ਼ਲ ਹੋਤੀ ਵਾਹ ਵਾਹ ਮਤਲਬ ਤੁਸੀਂ ਦੇਖ ਲਿਆ ਕਿਸੇ ਨੂੰ ਤੇ ਉਹ ਕਹਿੰਦੇ ਵੀ ਇਹ ਤਾਰ ਜਿਹੜੀ ਆ ਹੁਣ ਮੈਂ ਇਹ ਹੀ ਦੇਖਦਾ ਕਿ ਤੁਸੀਂ ਖੇਤੀਬਾੜੀ ਦੀ ਪੜ੍ਹਾਈ ਕਰਦੇ ਹੋ ਜੀ ਕਿਤਾ ਅਧਿਆਪਨ ਤੇ ਗੀਤ ਲਿਖਣੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਇਹ ਸਾਰਾ ਕੁਝ ਕਿੱਦਾਂ ਮਤਲਬ ਇਹ ਵਾਪਰਿਆ ਕਿਵੇਂ ਅ ਇਹ ਸਾਰੇ ਅਸਲ ਦੇ ਵਿੱਚ ਸ਼ੁਰੂ ਤੋਂ ਮੈਂ ਸਮਝਦਾ ਪਰਮਾਤਮਾ ਵੱਲੋਂ ਕਹਿ ਲੋ ਕੁਦਰਤ ਵੱਲੋਂ ਕਹਿ ਲੋ ਸ਼ੁਰੂ ਤੋਂ ਹੀ ਹੁੰਦਾ ਜੀ ਮੈਂ ਬਚਪਨ ਦੇ ਵਿੱਚ ਕੋਈ ਆਪਣੇ ਘਰਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਖੇਤੀਬਾੜੀ ਵਾਲੇ ਸੀ ਕੋਈ ਗਾਉਣ ਵਾਲਾ ਨਹੀਂ ਸੀ ਕੋਈ ਲਿਖਣ ਵਾਲਾ ਤਾਂ ਹੀ ਤੇ ਮੈਂ ਕਿਹਾ ਵੀ ਪੜ੍ਹਾਈ ਵੀ ਖੇਤੀਬਾੜੀ ਦੀ ਹਾਂਜੀ ਤੇ ਮੇਰਾ ਨਾ ਸ਼ੁਰੂ ਤੋਂ ਰੁਝਾਨ ਹੀ ਇਹ ਸੀ ਗੀਤਾਂ ਵੱਲ ਮੇਰਾ ਝੁਕਾਅ ਬਹੁਤ ਸੀ ਮੈਨੂੰ ਨਾ ਦਸਵੀਂ ਤੱਕ ਸਾਡੇ ਨਾਲ ਪਿੰਡ ਰੂੜਿਆਂ ਵਾਲੀ ਪਿੰਡ ਜੀ ਉੱਥੋਂ ਦਾ ਇੱਕ ਮੁੰਡਾ ਪੜ੍ਹਾ ਕਰੇ ਤੇ ਉਹ ਗੀਤ ਲਿਖਿਆ ਕਰੇ ਤੇ ਮੈਨੂੰ ਬੜਾ ਵਧੀਆ ਮੈਂ ਕਿਹਾ ਯਾਰ ਅੱਛਾ ਗੀਤ ਲਿਖਦਾ ਹੈ ਨਾ ਮੈਨੂੰ ਕੁਦਰਤੀ ਉਹਦੇ ਵੱਲ ਵੀ ਝੁਕਾ ਮੈਂ ਕਿਹਾ ਯਾਰ ਵੀ ਲਿਖਦਾ ਉਹਨਾਂ ਵੀਰੇ ਤੋਂ ਹੂੰ ਵੀ ਇਹ ਮੇਰਾ ਸ਼ੁਰੂ ਤੋਂ ਇੰਟਰਸਟ ਹੀ ਇੱਧਰ ਸੀਗਾ ਫਿਰ ਜਦੋਂ ਪੀਏਯੂ ਗਏ ਤਾਂ ਉਹ ਉੱਥੇ ਫਿਰ ਮੈਗਜ਼ੀਨ ਜਿਹੜਾ ਛਪਦੇ ਆ ਸੋ ਪਹਿਲੀ ਵਾਰੀ ਕਵਿਤਾਵਾਂ ਉਹ ਮੈਂ ਲਿਖਦਾ ਸੀ ਲਿਟਰੇਰੀ ਜ਼ਿਆਦਾ ਲਿਖਦਾ ਸੀ ਕਮਰਸ਼ੀਅਲ Song ਤਾਂ ਉਦੋਂ ਪਸ ਇਨੀ ਹੈ ਨਹੀਂ ਸੀ ਸਮਝ ਤੇ ਉਹ ਫਿਰ ਉੱਥੇ ਪਹਿਲੀ ਵਾਰੀ ਛਪੀ ਇੱਕ ਕਵਿਤਾ ਸੀ ਮੇਰੀ ਜੀ ਯੂਨੀਵਰਸਿਟੀ ਮੈਗਜ਼ੀਨ ਦੇ ਵਿੱਚ ਉਹ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਨਾ ਪਹਿਲੀ ਵਾਰੀ ਆਪ ਦਾ ਨਾਮ ਬਲ ਕੇ ਛਪਿਆ ਹਾਂ ਮੈਗਜ਼ੀਨ ਦੇ ਵਿੱਚ ਗਾਉਂਦਾ ਤੇ ਉਦੋਂ ਪਿੱਛੋਂ ਫਿਰ ਮੈਂ ਇਦਾਂ ਦੇ ਕੁਝ ਸਾਹਿਤਕ ਗਾਣੇ ਕਵਿਤਾਵਾਂ ਲਿਖਦਾ ਗਿਆ ਗੀ ਗਾਉਣ ਦਾ ਇਹਨਾਂ ਜ਼ਿਆਦਾ ਨਹੀਂ ਸੀ ਥੋੜਾ ਬਹੁਤ ਗੁੰਗਣਾ ਲੈਂਦਾ ਸੀ ਤੇ ਉਹ ਇੱਕ ਹੋਰ ਮੈਗਜ਼ੀਨ ਗਿੱਦੜਵਾ ਹਤੋਂ ਸਾਹਿਤਿਕ ਸਾਂਝ ਚੱਪਦਾ ਸੀ ਜੀ ਉਹਨਾਂ ਦੇ ਨਾਲ ਸਰਬਜੀ ਧੀਰ ਸੀਗੇ ਉਹ ਛਾਪਦੇ ਸੀ ਚਿੱਠੀ ਉਦੋਂ ਮੈਂ ਪੋਸਟ ਕਰ ਦਿੰਦੇ ਸੀ ਇਹਨਾਂ ਨੂੰ ਤੇ ਉਹ ਪੋਸਟ ਹੋ ਕੇ ਜਿਹੜਾ ਘਰੇ ਆ ਜਾਂਦਾ ਸੀਗਾ ਮੈਗਜ਼ੀਨ ਜਾਂ ਜਿਹੜੇ ਸਾਹਿਤ ਪ੍ਰੇਮੀ ਸੀਗੇ ਉਹਨਾਂ ਕੋਲ ਜਾਂਦਾ ਸੀ ਉਹ ਉਹਦੇ ਵਿੱਚ ਵੀ ਕੁਝ ਗੀਤ ਛਪੇ ਤਾਂ ਉਹ ਏਦਾਂ سلسلہ ਸ਼ੁਰੂ ਹੋਇਆ ਤੇ ਫਿਰ ਕਰਦੇ ਕਰਾਉਂਦੇ ਬੀਅਡ ਕਰਦੇ ਆ ਥੋੜਾ ਬਹੁਤਾ ਗਾਉਣ ਗਾਉਣ ਦਾ ਮਾੜਾ ਮੋਟਾ ਲੱਗ ਗਿਆ ਇੱਕ ਦੋ ਪ੍ਰੋਗਰਾਮ ਕੀਤੇ ਤਾਂ ਉਹ ਠੀਕ ਸਟੇਜ ਤੇ ਲੱਗਿਆ ਨਿਭ ਗਏ ਨਿਭ ਗਿਆ ਮਤਲਬ ਰਿਸਪਾਂਸ ਬਹੁਤ ਸੋਹਣਾ ਆਇਆ ਹੂੰ ਹੂੰ ਤੇ ਫਿਰ ਮੇਰਾ ਨਾਨਕਾ ਪਿੰਡਾ ਜੀ ਉੱਥੇ ਭੁੱਟੀ ਵਾਲਾ ਓਕੇ ਮੁਖਸਰ ਸਾਹਿਬ ਦੇ ਨਾਲ ਹੀ ਹੈ ਜੀ ਤੇ ਉਹ ਮਾਨਕ ਸਾਹਿਬ ਦੇ ਉਸਤਾਦ ਜੀ ਦਾ ਪਿੰਡਾ ਜੀ ਖੁਸ਼ੀਮੰਮਤ ਸਾਹਿਬ ਦਾ ਅੱਛਾ ਹਾਂਜੀ ਤਾਂ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਬਾਬਾ ਪੂਰਨਪਗ ਦੇ ਟਿੱਲੇ ਤੇ ਮੇਲਾ ਲੱਗਦਾ ਮਾਨਕ ਸਾਹਿਬ ਆਉਂਦੇ ਸੀ ਹੋਰ ਕਲਾਕਾਰ ਵੀ ਆਉਂਦੇ ਸੀ ਹੂੰ ਤੇ ਫਿਰ ਮੈਨੂੰ ਵੀ ਉੱਥੇ ਨਾਨਕਾ ਪਰਿਵਾਰ ਨੂੰ ਕਹਿੰਦੇ ਵੀ ਤੂੰ ਗਾ ਤਿੰਨ ਸ਼ੌਂਕ じゃ ਵੀ ਚੱਲ ਪਾਈ ਗਾਉਣਾ ਤਾਂ ਇੱਥੇ ਵੇਖ ਲੈ ਗਾਲਾ ਹੂੰ 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 ਉੱਥੇ ਉੱਥੇ ਮੈਂ ਗਾਇਆ ਤਾਂ ਬਹੁਤ ਸੋਹਣਾ ਰਿਸਪੌਂਸ ਆਇਆ ਫਿਰ ਇਹ ਲੱਗਿਆ ਕਿ ਥੋੜਾ ਕੁਝ ਕਰ ਲੈਣਾ ਚਾਹੀਦਾ ਠੀਕ ਹੈ ਤੇ ਇਨ ਬਿਟਵੀਨ ਜੌਬ ਵੀ ਮੈਨੂੰ ਵੀਅਰਡ ਕਰਨ ਸਾਰੀ ਜੌਬ ਮਿਲ ਗਈ ਸੀ ਸਰਕਾਰੀ ਤੇ ਥੋੜਾ ਜਿਹਾ ਕਹਿੰਦੇ ਹੁੰਦੇ ਕੋਲੇ ਖਰਚਣ ਜੋਗੇ ਪੈਸੇ ਜਦੋਂ ਮਿਲ ਜਾਣ ਹਾਂ ਤੁਰੇ ਫੇਰੇ ਆਸਤੇ ਜਾਂ ਹਨਾ ਫਿਰ ਫਿਰ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਫਿਰ ਥੋੜਾ ਬੇਫਿਕਰੀ ਜੀ ਹੋ ਜਾਂਦੀ ਵੀ ਚੱਲ ਹੁਣ ਜੌਬ ਤਾਂ ਹੈਗੀ ਐ ਵੀ ਹੁਣ ਆਪਾਂ ਦਾ ਸ਼ੌਂਕ ਪੂਰਾ ਕਰ ਲਈਏ ਲੰਗਰ ਪਾਣੀ ਤੁਰਿਆ ਜਾਊਗਾ ਕੋਈ ਗੱਲ ਨਹੀਂ ਹਾਂ ਸੋ ਇਦਾਂ ਕਰਦੇ ਕਰਦੇ ਵਸੇ ਫਿਰ ਮੇਰਾ ਪ੍ਰੋਗਰਾਮਾਂ ਤੋਂ ਸ਼ੁਰੂ ਹੋਇਆ ਕੰਮ ਯਾਨੀ ਮੈਂ ਪਹਿਲਾਂ ਰਿਕਾਰਡਿੰਗ ਨਹੀਂ ਕੀਤੀ ਪਹਿਲਾਂ ਮੇਰੇ ਛੋਟੇ-ਛੋਟੇ ਪ੍ਰੋਗਰਾਮ ਇਦਾਂ ਲੱਗਣੇ ਸ਼ੁਰੂ ਹੋਏ ਹੂੰ 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 ਤਾਂ ਫਿਰ ਮੈਂ ਪਿੰਡ ਤੋਂ ਬਠਿੰਡੇ ਮੂਵ ਕੀਤਾ ਜੀ ਮੈਂ ਕਿਹਾ ਚਲੋ ਆਪਦੀ ਟਰਾਂਸਫਰ ਉੱਥੇ ਕਰਵਾਈ ਜੀ ਫਿਰ ਬਠਿੰਡਾ ਬਕਾਇਦਾ ਫਿਰ ਜਿਹੜਾ ਇਹ ਸਿਲਸਿਲਾ ਕਿਸ ਟਾਈਮ ਦਾ ਕਿਹੜੇ ਸਾਲਾਂ ਦੀਆਂ ਗੱਲਾਂ ਨੇ ਇਹ ਸਮਝ ਲਓ ਜੀ ਸਾਲ ਲਓ ਵੀ 13-14 ਸਾਲ ਹੋ ਗਏ ਜੀ ਓਕੇ ਇਹ 2000 ਤੋਂ ਬਾਅਦ ਦੀ ਬਾਦ ਦੀ ਬਾਦ ਦੀ ਹਾਂਜੀ ਬਾਦ ਦੀਆਂ ਕਰ ਹਾਂਜੀ ਇਹ ਠੀਕ ਗੱਲ ਹੈ ਫਿਰ ਬ੍ਰਾਹਟ ਸਾਹਿਬ ਚਲੋ ਸਟੇਜ ਤੋਂ ਤੇ ਤੁਸੀਂ ਸ਼ੁਰੂਆਤ ਕਰ ਲਈ ਲੋਕਾਂ ਦੇ ਵਿੱਚ ਥੋੜੀ ਬਹੁਤ ਪਹਿਚਾਣ ਵੀ ਉਦੋਂ ਤੱਕ ਬਣ ਜਾਂਦੀ ਹੈ ਰਿਕਾਰਡਡ ਗੀਤ ਜਿਹੜਾ ਲੋਕਾਂ ਦੀ ਕਚਹਿਰੀ ਚ ਟੇਪ ਦੇ ذریعے ਜਾਂ ਸੀਡੀ ਦੇ ذریعے ਜਿਹੜਾ ਪਹਿਲਾ ਆਇਆ ਉਹ ਕਿਹੜਾ ਸੀ ਉਹ ਜੀ ਪਹਿਲਾ ਗੀਤ ਮੈਂ ਜਦੋਂ ਮੈਂ ਮੇਲਿਆਂ ਤੇ ਗਾਉਂਦਾ ਸੀ ਨਾ ਜੀ ਤਾਂ ਉਹਦੇ ਵਿੱਚ ਇੱਕ ਮੈਂ ਪਹਿਲਾ ਗੀਤ ਜਿਹੜਾ ਮੈਂ ਗੀਤ ਕਹਿ ਸਕਦਾ ਲਿਖਿਆ ਉਹ ਸੀਗਾ ਕਿ ਜਿਹੜੇ ਕਰ ਜਾਵੇਂਗੇ ਨਹੀਂ ਭਾਗ ਖੁੱਲ ਜਾਣਗੇ ਗੀਤ ਸੀ ਅੱਛਾ ਇੱਕ ਕਿਸੇ ਕੋ ਮਤਲਬ ਐਦਾਂ ਸੀ ਕੁੜੀ ਤੇ ਸੀ ਕਿ ਰੂਪ ਦੀ ਏ ਰਾਣੀ ਏ ਨਹੀਂ ਅਕਲੋਂ ਸਿਆਣੀ ਏ ਸਾਡੇਆਂ ਪਿਆਰਾਂ ਦੀ ਏ ਪੂਰੀ ਏ ਕਹਾਣੀ ਏ ਕਾਦੇ ਉਹ ਦਿਲ ਜਿਹੜੇ ਤੈਨੂੰ ਭੁੱਲ ਜਾਣਗੇ ਤਰਨਮ ਚ ਹੋ ਜਾ ਮੈਂ ਥੋੜਾ ਸੁਣਾਉਂਦਾ ਸੀ ਰੂਪ ਦੀ ਏ ਰਾਣੀ ਏ ਅਕਲੋਂ ਸਿਆਣੀ ਏ ਨੀ ਸਾਡਿਆਂ ਪਿਆਰਾਂ ਦੀ ਏ ਪੂਰੀ ਏ ਕਹਾਣੀ ਏ ਹੋ ਕਾਦੇ ਉਹ ਦਿਲ ਜਿਹੜੇ ਤੈਨੂੰ ਭੁੱਲ ਜਾਣਗੇ ਨੀ ਜਿਹੜੇ ਕਰ ਜਾਵੇਂਗੀ ਨਹੀਂ ਭਾਗ ਖੁੱਲ ਜਾਣਗੇ ਜਿਹੜੇ ਕਰ ਜਾਵੇਂਗੀ ਵਾ 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 ਮੈਂ ਮੈਂ ਉਹ ਹੀ ਕਿਨਨਾਂ ਦੇਖੂ ਮੈਂ ਥੋੜਾ ਜ੍ਹਾ ਇਸ ਪਾਸੇ ਤੋਂ ਹਾਲਾਂਕਿ ਮੇਰਾ ਪੇਸ਼ ਆ ਜਿਹੜਾ ਉਹ ਬੋਲਣਾ ਹੈ ਨਾ ਮੈਂ ਕਈ ਵਾਰੀ ਕੋਸ਼ਿਸ਼ ਕਰਦਾ ਨਾ ਕਿ ਕੁਝ ਲਿਖਿਆ ਕਰਾਂ ਜੀ ਪਰ ਤੁਸੀਂ ਮੰਨ ਲਿਓ ਇਹ ਗੱਲ ਮੈਂ ਤੁਹਾਡੇ ਸਾਹਮਣੇ ਔਰ ਸਾਡੇ ਸਰੋਤਿਆਂ ਨੂੰ ਵੀ ਕਹਿੰਦਾ ਕਿ ਇਸ ਤਰ੍ਹਾਂ ਹੁੰਦਾ ਕਿ ਜਦੋਂ ਲਿਖਣ ਲੱਗਿਆ ਨਾ ਹੱਥ ਵੱਜ ਜਾਂਦੇ ਵੀ ਨਹੀਂ ਤੂੰ ਲਿਖ ਨਹੀਂ ਸਕਦਾ ਇਹ ਲਿਖਣਾ ਜਿਹੜਾ ਇਹ ਵੀ ਬੜੀ ਵੱਡੀ ਇੱਕ ਗੱਲ ਹੁੰਦੀ ਹੈ ਤੇ ਤੁਸੀਂ ਤਾਂ ਲਿਖਦੇ ਵੀ ਹੋ ਲਿਖਣ ਤੋਂ ਬਾਅਦ ਫਿਰ ਗਾਉਨੇ ਵੀ ਹੋ ਮੈਂ 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 ਇਹ ਪੁੱਛਣਾ ਚਾਹੁੰਨਾ ਕਿ ਇਹ ਜਿਹੜੀ ਅਸਲ 'ਚ ਇੱਕ ਵਰਡ ਹੈ ਆਮਦ ਹੂੰ ਕਿਆਮਤ ਹੁੰਦੀ ਕਿਵੇਂ ਉਹ ਅਸਲ 'ਚ ਤੁਹਾਨੂੰ ਹਾਲਾਤ ਅਸਲ 'ਚ ਮੈਂ ਤੁਹਾਨੂੰ ਸਾਰੀ ਦੱਸਦਾ ਜੀ ਜਦੋਂ ਤੁਸੀਂ ਇਮੋਸ਼ਨਲੀ ਇੱਕ ਸੈਟਅਪ ਹੈ ਇਮੋਸ਼ਨਲ ਜਦੋਂ ਉਹ ਸੈਟਅਪ ਪਹੁੰਚ ਜਾਂਦੇ ਹਨ ਹਣਾ ਤਾਂ ਉਦੋਂ ਤੁਹਾਨੂੰ ਕੁਝ ਅੰਦਰੋਂ ਮੰਨ ਲਓ ਕੁਝ ਤੁਸੀਂ ਥੋੜਾ ਬਹੁਤ ਲਿਖਦੇ ਹੋ ਤਾਂ ਫਿਰ ਉਹਦੇ ਲਿਖਿਆ ਜਾਂਦਾ ਜਿਹੜੀ ਉਹ ਸਟਾਰਟਿੰਗ ਸੀ ਜਦੋਂ ਪੜ੍ਹਦੇ ਸੀਗੇ ਸਾਡੇ ਪਿੰਡ ਇੱਕ ਸੁਧਾਰਨ ਮੱਧ ਵਰਗੀ ਕਿਸਾਨੀ ਦੇ ਵਿੱਚੋਂ ਹੈਗੇ ਹਣਾ ਤੇ ਸੇਮ ਦਾ ਏਰੀਆ ਸੀ ਸਾਡਾ ਉਹ ਤੋਂ ਬੜਾ ਹੀ ਹੁਣ ਤਾਂ ਬਹੁਤ ਸੋਹਣੀ ਫਸਲਾਂ ਹੁੰਦੀਆਂ ਤੇ ਆਰਥਿਕਤਾ ਬੜੀ ਕਮਜ਼ੋਰ ਸੀ ਜੀ 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 ਤੇ ਉਹ ਕਈ ਚੀਜ਼ਾਂ ਦੇ ਵਿੱਚੋਂ ਮਤਲਬ ਨਿਕਲਦੀਆਂ ਗੱਲਾਂ ਕਰਦੇ ਕਰਦੇ ਭਾਵਕ ਹੋ ਕੇ ਤਾਂ ਉਹ ਚੀਜ਼ਾਂ ਲਿਖੀਆਂ ਹਨ ਬੀ ਪਿੰਡ ਆਉਣਾ ਜਦੋਂ ਹੋਸਟਲ ਚ ਆਉਣਾ ਤੇ ਟਰੈਕਟਰ ਵੀ ਕਿਤੇ ਬਹੁਣਾ इवन ਕਿਰਾਏ ਤੇ ਵੀ ਟਰੈਕਟਰ ਬਹੁਣਾ ਤੇ ਪੈਸੇ ਇਕੱਠੇ-ਕੁੱਠੇ ਕਰਕੇ ਹੋਸਟਲ ਲੈ ਜਾਂਦੇ ਕੋਸ ਪਾਪਾ ਜੀ ਘਰੋਂ ਦੇ ਜਾਂਦੇ ਸੋ ਇਹ ਉੱਥੋਂ ਨਿਕਲਣਾ ਸ਼ੁਰੂ ਹੈ ਉੱਥੋਂ ਸ਼ੁਰੂ ਹੋਇਆ ਕਿ ਅੱਜਕੱਲ ਅੱਜਕੱਲ ਨਹੀਂ ਮੈਂ ਕਹੂੰਗਾ ਖੈਰ ਪੋਲਿਟਿਕਸ ਨਾਲ ਰਿਲੇਟਡ ਗੀਤ ਜਿਹੜੇ ਨੇ ਉਹ ਬੜੀ ਧੀਰ ਤੋਂ ਆਉਂਦੇ ਪਏ ਨੇ ਪਰ ਬਹੁਤ ਥੋੜੇ ਨੇ ਬਹੁਤ ਥੋੜੇ ਸਿੰਗਰ ਜਾਂ ਰਾਈਟਰ ਜਿਹੜੇ ਨੇ ਉਹ ਇਸ ਪਾਸੇ ਨੂੰ ਹੱਥ ਅਜ਼ਮਾਉਂਦੇ ਨੇ ਤੁਸੀਂ ਤਾਂ ਚਿੱਟੇ ਬਗਲੇ ਨੀਲੇ ਮੋਰ ਵੀ ਗੱਲ ਕੀਤੀ ਹੋਈ ਹੈ ਗੋਲਕਾਂ ਦੀ ਗੱਲ ਵੀ ਕੀਤੀ ਹੋਈ ਐ ਪੋਲੀਟੀਕਲੀ ਚੁਕਾ ਮੈਨੂੰ ਲੱਗਦਾ ਕਿਹੜੇ ਪਾਸੇ ਐ ਤੁਹਾਡਾ ਨਹੀਂ ਕਿਸੇ ਪਾਸੇ ਨਹੀਂ ਲੋਕ ਹਿੱਤ ਵੱਲ ਲੋਕ ਹਿੱਤ ਵੱਲ ਹਾਂ ਨਹੀਂ ਹਮੇਸ਼ਾ ਜਿੱਦੜ ਲੋਕਾਂ ਦਾ ਕੁਝ ਐ ਹੋਵੇ ਉਹ ਲੱਗਦਾ ਹੁੰਦਾ ਕਿ ਕੁਝ ਚੰਗਾ ਹੋ ਜੇ ਹੂੰ ਮਤਲਬ ਆਪ ਸਾਰੇ ਚਾਹੁੰਦੇ ਜੋ ਵੀ ਸੰਜੀਦਾ ਬੰਦਾ ਚਾਹੁੰਦਾ ਪੰਜਾਬ ਤਰੱਕੀ ਕਰੇ ਪੰਜਾਬ ਚੜ੍ਹਦੀ ਕਲਾ 'ਚ ਹੋਵੇ ਸਾਡਾ ਮੁਲਕ ਵੀ ਖੂਬਸੂਰਤ ਬਣੇ ਹੂੰ ਇਹ ਹੂੰ ਤੇ ਇਹ ਜਿਹੜਾ ਕਿਉਂਕਿ ਮੈਂ ਗੋਲਕਾਂ ਦੀ ਗੱਲ ਕਰਦਾ ਆ ਜਿਹੜਾ ਮੈਂ ਮੈਂ ਤਾਂ ਵੈਸੇ ਇਹ ਕਹੂੰਗਾ ਵੀ ਜੇ ਹੋ ਸਕੇ ਦੋ ਕੁ ਲਾਈਨਾਂ ਜਿਹੜੀਆਂ ਨੇ ਤੁਸੀਂ ਸਾਨੂੰ ਉਹ ਜਿਹੜਾ ਚਿੱਟੇ ਬਗਲੇ ਨੀਲੇ ਮੋਰ ਵਾਲੀਆਂ ਜਾਂ ਗੋਲ ਕੰਦਵਾ ਤੋਂ ਜਿਹਦਾ ਮਰਜ਼ੀ ਸੁਣਾ ਦਿਓ ਮੈਂ ਕੋਈ ਨ ਦੋਨੇ ਸੁਣਾਉਂਦਾ ਉਹ ਐਕਚੁਅਲੀ ਜਿਹੜਾ ਨੀਲੇ ਮੋਰ ਤੇ ਚਿੱਟੇ ਬਗਲੇ ਵੀ ਅੱਜ ਕੱਲ ਕਿੱਧਰ ਉੱਡ ਗਏ ਨੇ ਇਹ ਗਾਣਾ ਲਿਖਿਆ ਸੀ ਜੀ ਟਿੱਕਰੀ ਬਾਰਡਰ ਤੇ ਜਦੋਂ ਕਿਸਾਨੀ ਧਰਨਾ ਚੱਲਦੇ ਸੀ ਨਾ ਉਹ ਉਹਨਾਂ ਦਿਨਾਂ ਦੇ ਵਿੱਚ ਸੀ ਔਰ ਮੈਂ ਇਹ ਗੱਲ ਸਟੇਜਾਂ ਤੇ ਵੀ ਕਹਿਣਾ ਹਣਾ ਵੀ ਆਰਟਿਸਟ ਉਹੀ ਹੈ ਜਿਹੜਾ ਲੋਕ ਹਿੱਤ ਦੀ ਜਦੋਂ ਲੋਕਾਂ ਨੂੰ ਲੋੜ ਹੈ ਉਹਨਾਂ ਦੀ ਉਹਨਾਂ ਦੀ ਗੱਲ ਕਰੇ ਕਿਉਂਕਿ ਜੇ ਕਿਸਾਨੀ ਦੇ ਹੱਕ ਦੀ ਗੱਲ ਹੀ ਨਹੀਂ ਕਰਨੀ ਸੀ ਤਾਂ ਫਿਰ ਅਸੀਂ ਪੂਰੇ ਕਿਸਾਨ ਖਾੜੇ ਵੀ ਉੱਥੇ ਲਾਉਣੇ ਆ ਰੋਜੀ ਰੋਟੀ ਵੀ ਉੱਥੋਂ ਕਮਾਉਣੀ ਆ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਰੋਜੀ ਰੋਟੀ ਦਿੱਤੀ ਹੈ ਜੇ ਉਹਨਾਂ ਦੇ ਨਾਲ ਹੀ ਨਹੀਂ ਖੜਦੇ ਤਾਂ ਉਹ ਉਹਨਾਂ ਦੇ ਨਾਲ ਚ ਗੀਤ ਲਿਖਿਆ ਸੀ ਜੇ ਤੋ ਫਿਰ ਵਜਿਆ ਤਾਂ ਬਹੁਤ ਟਰੈਕਟਰਾਂ ਤੇ ਉਹ ਨੀਤਾ ਸਮਾਣਾ ਜੀ ਦੇ ਨਾਲ ਡਿਊਟ ਸੀ ਜੀ 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 ਥੋੜਾ ਜਿਆ ਹੋ ਜੇ ਹੂੰ ਉਹ ਅੱਛਾ ਉਹ ਸੁਣਾਣਾ ਜੀ ਉਹ ਸੀਗੇ ਸੀ ਤੋਂ ਪੋਲਿਟੀਕਲ ਪਰ ਪਰ ਪਤਾ ਕਿਉਂਕਿ ਅਸੀਂ ਦਾ ਸਬਦੇ ਸਾਂਝੇ ਆ ਪਰ ਸਟਾਇਰ ਨੋ ਪ੍ਰੋਬਲਮ ਸਟਾਇਰ ਸੀਗਾ ਪਰ ਉਹ ਮੈਨੂੰ ਨਾ ਜ਼ਰੂਰ ਲੈਣਾ ਵਿੱਚ ਮੈਂ ਉਸੀ ਕਿ ਹੁਣ ਨਾ ਕੋਈ ਕਾਂਗਰਸੀ ਨਾ ਕਾਲੀ ਵੇ ਨਾ ਕੋਈ ਕਾਂਗਰਸੀ ਨਾ ਕਾਲੀ ਸਭ ਸਾਬਤ ਕਰਤੇ ਜਾਲੀ ਘੁੰਮਦੀਆਂ ਫਿਰਨ ਜਿਪਸੀਆਂ ਖਾਲੀ ਸਭ ਸੋਚਾਂ ਵਿੱਚ ਡੁੱਬ ਗਏ ਨੇ ਨੀਲੇ ਮੋਰ ਤੇ ਚਿੱਟੇ ਬਗਲੇ ਵੇ ਅੱਜਕੱਲ ਕਿੱਧਰ ਉੱਡ ਗਏ ਨੇ ਵੇ ਨਾ ਕੋਈ ਕਾਂਗਰਸੀ ਨਾ ਲੀ ਉਹ ਕਰ ਲਿਆ ਜਮੀਂਦਾਰਾਂ ਨੇ ਏਕਾ ਹੋ ਕਰ ਲਿਆ ਕਿਰਤੀ ਲੋਕਾਂ ਏਕਾ ਕਰਕੇ ਰੱਖਤਾ ਦੂਰ ਪੁਲੇਖਾ ਲੱਗ ਕੇ ਮੰਗਣ ਕੇਰ ਕੇ ਲੇਖਾ ਜੋ ਕੀਤੇ ਕਾਲੇ ਤੰਦੇ ਨੇ ਸਭ ਛੰਡੇ ਕਰਤੇ ਲੰਡੇ ਨਹੀਂ ਕਿਰਸਾਨੀ ਛੰਡੇ ਨੇ ਹੋ ਸਭ ਛੰਡੇ ਕਰਤੇ ਲੰਡੇ ਨਹੀਂ ਕਿਰਸਾਨੀ ਛੰਡੇ ਨੇ ਹੋ ਕਰ ਲਿਆ ਜਮੀਂਦਾਰਾਂ ਨੇ ਏਕਾ ਵਾ 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 ਤੇ ਹੁਣ ਕਉਕ ਤੁਸੀਂ ਵੀ ਮਾਲਵਾ ਬੈਟ ਤੋਂ ਆਉਂਦੇ ਹੋ ਮਾਲਵੇਵਲੋਂ ਆਉਂਦੇ ਹੋ ਹਾਂਜੀ ਤੇ ਸਿੱਧੂ ਮੂਸੇਵਾਲੇ ਦੀ ਜੇ ਅਸੀਂ ਗੱਲਾਂ ਕਰੀਏ ਹੁਣ ਕਿਉਂਕਿ ਉਹਨਾਂ ਦੇ ਵੇਖੋ ਉਹ ਕੈਨੇਡਾ ਦੇ ਵਿੱਚ ਆਏ ਐਜ਼ ਅ ਸਟੂਡੈਂਟ ਤੇ ਇਥੋਂ ਵਾਪਸ ਫੇਰ ਗਏ ਉਹਨਾਂ ਪਾਰਟੀ ਵੀ ਜੁਆਇਨ ਕੀਤੀ ਪੋਲਿਟੀਕਲੀ ਉਹ ਵੀ ਕਾਫੀ ਅਵੇਅਰ ਸੀ ਵੈਸੇ ਹੁਣ ਤਾਂ ਆਖਰੀ ਸਮੇਂ ਦੇ ਵਿੱਚ ਤਾਂ ਕਿ ਅਵੇਅਰਨੈਸ ਦੀ ਸਿਖਰ ਤੇ ਮੇਰੇ ਖਿਆਲੋਂ ਪਹੁੰਚ ਚੁੱਕੇ ਸੀਗਾ ਤੁਸੀਂ ਕੀ ਰਿਮਾਰਕਸ ਜਾਂ ਕੀ ਸੋਚ ਰੱਖਦੇ ਹੋ ਸਿੱਧੂ ਮੂਸੇਵਾਲੇ ਬਾਰੇ ਸਾਰਾ ਵਰਤਾਰਾ ਜੋ ਵਾਪਰਿਆ ਉਹਦੇ ਬਾਰੇ ਅ ਦੇਖੋ ਜੀ ਬਹੁਤ ਦੁੱਖ ਦੀ ਗੱਲ ਤਾਂ ਹੈ ਹੀ ਹਮ ਖਾਸ ਕਰਕੇ ਜਦੋਂ ਕਿਉਂਕਿ ਸਾਡੇ ਪਿੰਡ ਨੇ ਉਹ ਤਾਂ ਜਦੋਂ ਮਾਨਸਾ ਨੂੰ ਜਾਣੇ ਆ ਤਾਂ ਉੱਥੋਂ ਦੀ ਲੰਘਦੇ ਮੂਸੇਬੀ ਦੇ ਔਰ ਗਏ ਵੀ ਦੋ ਚਾਰ ਵਾਰੀ ਜਦੋਂ ਵੀ ਉਹ ਵੀਰ ਮਿਲਿਆ ਤਾਂ ਬਹੁਤ ਪਿਆਰ ਨਾਲ ਹਮ ਬਹੁਤ ਸਤਿਕਾਰ ਦੇ ਨਾਲ ਹਮ ਤੇ ਹੁਣ ਜਦੋਂ ਉਹਨਾਂ ਦੇ ਮਾਪੇ ਬਲਵੇਂ ਨੇ ਤਾਂ ਦਿਲ ਭਰਦਾ ਹੈ ਨਾ ਜਿਵੇਂ ਕਹਿੰਦੇ ਵੀ ਬਹੁਤ ਔਖਾ ਲੱਗਦਾ ਬਿਲਕੁਲ ਠੀਕ ਗੱਲ ਹੈ ਨਾ ਵੀ ਉਹਨਾਂ ਨੂੰ ਦੇਖ ਕੇ ਕਿਉਂਕਿ ਬਾਕੀ ਪਿੱਛੇ ਕੁਝ ਨਹੀਂ ਬਚਿਆ ਹਮਮਮ ਇਹ ਇਦਾਂ ਦੀ ਗੱਲ ਨਾ ਵਾਪਰਨੀ ਨਹੀਂ ਚਾਹੀਦੀ ਸੀਗੀ ਤੁਸੀਂ ਤੁਸੀਂ ਕਹਿੰਦੇ ਹੋ ਵੀ ਪੋਲੀਟੀਕਲੀ ਵੀ ਕਾਫੀ ਅਵੇਅਰ ਹੋ ਤੁਸੀਂ ਔਰ ਤੁਹਾਡੀਆਂ ਲੇਖਣੀਆਂ ਵੀ ਨੇ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਤੁਸੀਂ ਸੁਣਾਇਆ ਵੀ ਹੁਣ ਪੰਜਾਬ ਚ ਇਸ ਵੇਲੇ ਜੋ ਮਾਹੌਲ ਆ ਜੀ ਠੀਕ ਹੈ ਨਾ ਜੀ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਮੈਨੂੰ ਐ ਲੱਗਦਾ ਕਿ ਬਿਲਕੁਲ ਇੱਕ ਛੋਟੀ ਜੀ ਤੀਲੀ ਵੀ ਜੇ ਲੱਗ ਜਾਵੇ ਨਾ ਤਾਂ ਇਸ ਵੇ ਪੰਬੜ ਮੱਚ ਸਕਦੇ ਨੇ ਹਾਲਾਤ ਇਹੋ ਜੇ ਬਣੇ ਹੋਏ ਨੇ ਤੇ ਇਸ ਸਮੇਂ ਦੇ ਬਾਬਤ ਕਦੀ ਤੁਹਾਡੀ ਕਲਮ ਉਧਰ ਨੂੰ ਨਹੀਂ ਗਈ ਬਹੁਤ ਕੁਝ ਮੰਨ ਦੇ ਵਿੱਚ ਆਉਂਦਾ ਜੀ ਖਾਸ ਕਰਕੇ ਉਹ ਵੀਰ ਦੀ ਮੌਤ ਬਾਅਦ ਤਾਂ ਇੱਕ ਜਿਵੇਂ ਸਹਿਮ じゃ ਨਹੀਂ ਹੋ ਜਾਂਦਾ ਸਹੀ ਅਰਥਾਂ ਦੇ ਵਿੱਚ ਤਾਂ ਚਾਹੇ ਕੋਈ ਕੁਝ ਕਹੀ ਜਾਵੇ ਪਰ ਹਰ ਇੱਕ ਬੰਦਾ ਅੰਦਰੋਂ ਡਰਿਆ ਹੋਇਆ ਕਹਿ ਲਓ ਜਾਂ ਸਹਿਮਿਆ ਹੋਇਆ ਕਹਿ ਲਓ ਵੀ ਇਹ ਮਹਿਸੂਸ ਕਰਦਾ ਹਨ ਤੇ ਪ੍ਰਮਾਤਮਾ ਕਰੇ ਕਿ ਹਾਲਾਤ ਨਾ ਰਹਿਣ ਖੁਸ਼ਗਵਾਰ ਅਸੀਂ ਕਿੰਨੇ ਕ ਹੈਗੇ ਪੰਜਾਬੀ ਭਾਈਚਾਰਾ ਅਸੀਂ ਇੱਕ ਮੁੱਠ ਹੋ ਕੇ ਰਹੀਏ ਇੱਕ ਜੁੱਟ ਹੋ ਕੇ ਰਹੀਏ ਤੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਜੇ ਆਪਸ ਵਿੱਚ ਹੀ ਲੜੀ ਗਏ ਤੇ ਫਿਰ ਤਾਂ ਕੁਝ ਨਹੀਂ ਬਣਨਾ ਠੀਕ ਹੈ ਜੀ ਇਹ ਵੀ ਠੀਕ ਹੈ ਅਸੀਂ ਅੱਗੇ ਚੱਲ ਕੇ ਨਾ ਇੱਕ ਛੋਟਾ ਜਿਹਾ ਇੱਥੇ ਵਿਸ਼ਰਾਮ ਹੋਰ ਲੈਨੇ ਆ ਫਿਰ ਤੁਹਾਡਾ ਗੀਤ ਜਿਹੜਾ ਕਵਿਤਾ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਖਾਨਦਾਨੀ ਜਿਹੜੇ ਤੁਹਾਡੇ ਇੱਕ ਤੁਸੀਂ ਮਾਡਰਨ ਛੱਲਾ ਵੀ ਗਾਇਆ ਹੋਇਆ ਇਹ ਇਹ ਦੋ ਤਿੰਨ ਗੀਤਾਂ ਬਾਰੇ ਵੀ ਗੱਲ ਕਰਦੇ ਆ ਇੱਕ ਵਕਫਾ ਛੋਟਾ ਜਿਹਾ ਹੋਰ ਲੈ ਲਈਏ ਜੀ ਜੀ ਕਮਰਸ਼ਲ ਗੀਤਾਂ ਦੀ ਗੱਲ ਜੇ ਆਪਾਂ ਕਰੀਏ ਕਮਰਸ਼ਲ ਗੀਤਾਂ ਦੇ ਵਿੱਚ ਤੁਹਾਡੇ ਮੈਨੂੰ ਐ ਗੀਤ ਲੱਗਦੇ ਆ ਮੈਂ ਕਿਉਂਕਿ ਚਾਹਨਾ ਕਿ ਉਸ ਗੀਤ ਦਾ ਮੈਂ ਜ਼ਿਕਰ ਜ਼ਰੂਰ ਕਰਾਂ ਕਵਿਤਾ ਅ ਜਿਹੜਾ ਗੀਤ ਹੈ ਅੱਛਾ ਹਾਂਜੀ ਹਾਂਜੀ ਉਹਦੀ ਲੇਖਣੀ ਉਹਦੀ ਗਾਇਕੀ ਉਹਦੀ ਪਿਕਚਰਾਇਜ਼ੇਸ਼ਨ ਸਾਰਾ ਕੁਝ ਹੀ ਮੈਨੂੰ ਐ ਲੱਗਦਾ ਹੈ ਕਿ ਜੇਕਰ ਆਪਾਂ ਕਹਿਣਾ ਹੋਏ ਨਾ ਵੀ ਸਰਬਕਲਾ ਸੰਪੂਰਨ ਜਾਂ ਕੋਈ ਗੀਤ ਹੈ ਧੰਨਵਾਦ ਤੇ ਉਹ ਉਹ ਕਵਿਤਾ ਹੈ ਉਹ ਕਵਿਤਾ ਵੀ ਤੁਸੀਂ ਲਿਖਿਆ ਹੁਣ ਇੰਨਾ ਜਿਹੜੀ ਮੈਂ ਕਹਾਂ ਕਿ ਬੈਲੈਂਸ ਜਿਹੜੇ ਵਰਡਸ ਨੇ ਉਹਦੇ ਵਿੱਚ ਜਦੋਂ ਤੁਸੀਂ ਇਹ ਗੀਤ ਲਿਖਦੇ ਹੋ ਮੈਂ ਮੈਂ ਆਪਣੇ ਲਈ ਜਾਨਣਾ ਚਾਹੁੰਨਾ ਇਹ ਇੱਕ ਵਾਰੀ ਜੀ ਬੈਠ ਕੇ ਲਿਖ ਦਿੰਨੇ ਹੋ ਜਾਂ ਕਈ ਵਾਰੀ ਬਹੁਤ ਵਿੱਚ ਉਠਕ ਬੈਠਕ ਕਰਨੀ ਪੈਂਦੀ ਹੈ ਅ ਅਸਲ ਦੇ ਵਿੱਚ ਜੀ ਗਾਣੇ ਦਾ ਜਿਵੇਂ ਮੈਂ ਸਮਝਦਾ ਜਿਵੇਂ ਬੀਜ ਨਹੀਂ ਹੁੰਦਾ ਜੀ ਕਿਸੇ ਦਰਖਤ ਦਾ ਜਾਂ ਫਸਲਾਂ ਦੇ ਹਾਂ ਕੁਝ ਬਹੁਤ ਛੇਤੀ ਉੱਗੇ ਹੁੰਦੇ ਆ ਹੂੰ ਕੁਝ ਬਹੁਤ دیر ਬਾਅਦ ਉਹਨਾਂ ਨੂੰ ਫਰੂਟ ਲੱਗਣ ਲੱਗਦਾ ਹੂੰ ਉਹ ਵੀ ਗਾਣੇ ਆ ਜੀ ਇਹ ਥੋੜੇ ਮਨ ਦੇ ਵਿੱਚ ਥਾਟ ਤਾਂ ਆ ਜਾਂਦਾ ਪਹਿਲਾਂ ਹਾਂ ਹਾਂ ਕੁਝ ਗਾਣੇ ਤਾਂ ਛੱਟ ਦੇਣੇ ਤੁਸੀਂ ਲਿਖ ਦਿੰਨੇ ਹੋ ਹੂੰ ਕੁਝ ਗੀਤ ਹੁੰਦੇ ਆ ਜਿਹੜੇ ਉਹ ਮਤਲਬ ਪ੍ਰੋਸੈਸ ਥਰਡ ਪ੍ਰੋਸੈਸ ਚੱਲਦਾ ਰਹਿੰਦਾ ਪਰ ਲਿਖਣ ਵੇਲੇ ਤੋਂ ਲਗਭਗ ਇੱਕਦਮ ਹੀ ਲਿਖੇ ਜਾਂਦੇ ਨੇ ਕਵਿਤਾ ਮੈਂ ਮੈਨੂੰ ਲੱਗਦਾ ਕਿ ਇੱਕ ਅੱਧਾ ਜਿਹੜਾ ਇਹਦਾ ਸ਼ੇਅਰ ਟਾਈਪ ਨੇ ਇਹਦੇ ਅੰਤਰੇ ਨਹੀਂ ਕਹਿ ਸਕਦੇ ਕਿਉਂਕਿ ਗ਼ਜ਼ਲ ਵਾਲੀ ਬਹਿਰ ਹੈ ਹਾਂ ਹਾਂ ਨਾ ਕਵਿਤਾ ਹੈਗਾ ਗੀਤ ਹੈ ਉਹੀ ਹੈ ਨਾ ਜੀ ਵੀ ਹੁਣ ਮੈਂ ਐਕਚੁਅਲੀ ਇਹੀ ਕਹਿਣਾ ਚਾਹੁੰਦਾ ਸੀ ਵੀ ਗੀਤ ਨਾ ਕਵਿਤਾ ਹੈਗਾ ਗੀਤ ਹੈ ਹਾਂ ਜੀ ਬਹਿਰ ਗ਼ਜ਼ਲ ਵਾਲੀ ਹੈ ਦੀ ਤੇ ਇਹ ਇੱਕਦਮ ਇਹਦਾ ਜਿਹੜਾ ਸ਼ੇਅਰ ਕਹਿ ਲਓ ਵੀ ਉਹ ਮੈਂ ਬਾਅਦ ਦੇ ਵਿੱਚ ਲਿਖਿਆ ਹੋਊਗਾ ਅਦਰਵਾਈਜ਼ ਏ ਥੋੜਾ ਜਿਹਾ ਸੁਣਾ ਦਿਓ ਜੀ ਮੈਂ ਸੁਣਾਉਣਾ ਕਵਿਤਾ ਵਰ ਗਿਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਆਪਾਂ ਪੀੜ ਦਾ ਹਿੱਸਾ ਨਹੀਂ ਬਣਨਾ ਆਪਾਂ ਪੀੜ ਦਾ ਹਿੱਸਾ ਨਹੀਂ ਬਣਨਾ ਵੇ ਮੈਥੋਂ ਪੀੜ ਚ ਖੜਿਆ ਨਹੀਂ ਜਾਂਦਾ ਕਵਿਤਾ ਵਰਗਿਆ ਸੱਜਣਾ ਵੇ ਤੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਇਹਦਾ ਇੱਕ ਸਟੈਂਜਾ ਮਨੋ ਸਾਹਿਬ ਨੂੰ ਮੈਨੂੰ ਪਸੰਦ ਬਹੁਤ ਆ ਕਿ ਉਹ ਕੇ ওকে ਹੋ ਕਿਉਂ ਪੌੜੀਆਂ ਲੱਭਦਾ ਫਿਰਦਾ ਏ ਮੈਂ ਖੰਭ ਬਣਾਗੀ ਤੇਰੇ ਲਈ ਹੋ ਕਿਉਂ ਪੌੜੀਆਂ ਲੱਭਦਾ ਫਿਰਦਾ ਏ ਮੈਂ ਖੰਭ ਬਣਾਗੀ ਤੇਰੇ ਲਈ ਕਦੇ ਪੌੜੀਆਂ ਦੇ ਨਾਲ ਕਮਲੇ ਆਵੇ ਵੇ ਅੰਬਰਾਂ ਤੇ ਚੜਿਆ ਨਹੀਂ ਜਾਂਦਾ ਕਵਿਤਾ ਵਰ ਗਿਆ ਸੱਜਣਾ ਵੇ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ ਕੀ ਬਾਤ ਕੀ ਬਾਤ ਬਹੁਤ ਖੂਬ ਜੀ ਇਹੋ ਗੀਤ ਹੈ ਜਿੰਨੂੰ ਤੁਸੀਂ ਦਿਨ ਚ ਜਿੰਨੀ ਵਾਰੀ ਮਰਜ਼ੀ ਸੁਣ ਲਓ ਮਿਹਰਬਾਨੀ ਜੀ ਐਕਚੁਅਲੀ ਉਹ ਰਿਪੀਟ ਮੋਡ ਵਾਲੇ ਜਿਹੜੇ Song ਨੇ ਇਹ ਉਹ ਵਾਲੇ ਹੁੰਦੇ ਨੇ ਤੇ ਵਿਰਾਟ ਸਾਹਿਬ ਇੱਕ ਗੱਲ ਹੋਰ ਹੁਣ ਕਿਉਂਕਿ ਕੋਈ ਸ਼ੁਭਾ ਇਹੋ ਜਿਹਾ ਨਹੀਂ ਆ ਮੇਰੇ ਖਿਆਲ ਸਾਡੀ ਸਮਾਜਿਕ ਜ਼ਿੰਦਗੀ ਦਾ ਜਿਹਦੇ ਉੱਤੇ ਤੁਸੀਂ ਗੀਤ ਜਿਹੜਾ ਉਹ ਜਾਂ ਲਿਖਿਆ ਜਾਂ ਗਾਇਆ ਨਹੀਂ ਕਿਸਾਨੀ ਦੇ ਉੱਤੇ ਵੀ ਤੁਸੀਂ ਲਾ ਦਿੱਤਾ ਠੀਕ ਹੈ ਗਾਤਾ ਕਮਰਸ਼ੀਅਲ ਗੀਤਾਂ ਦੀ ਵੀ ਆਪਾਂ ਗੱਲ ਕਰ ਲਈ ਹੈ ਫਿਰ ਜੇ ਅੱਗੇ ਗੱਲ ਕਰੀਏ ਕਿਸਾਨੀ ਖੁਦਕੁਸ਼ੀਆਂ ਦੇ ਬਾਰੇ ਵੀ ਤੁਸੀਂ ਗਾਇਆ ਹੋਇਆ ਜੀ ਇੱਕ ਤੁਹਾਡਾ ਗੀਤ ਹੈ ਖਾਨਦਾਨੀ ਜੀ ਠੀਕ ਹੈ ਜੀ ਉਹ ਮੈਨੂੰ ਐਂ ਲੱਗਦਾ ਹੈ ਕਿ ਉਹ ਤਾਂ ਤੱਥ ਨੇ ਜਿਸ ਤਰ੍ਹਾਂ ਪੁਰਾਣੇ ਜਿਹੜੇ ਟੱਪਿਆਂ ਦੇ ਵਿੱਚ ਜਿੱਦਾਂ ਤੱਥ ਲੋਕ ਤੱਥ ਜਿਹੜੇ ਉਹ ਵੀ ਤੁਸੀਂ ਗਾ ਦਿੱਤੇ ਹੁਣ ਮੈਂ ਦੇਖ ਰਿਹਾ ਕਿ ਰੀਸੈਂਟਲੀ ਤੁਸੀਂ ਕਵਿਸ਼ਰੀ ਵਾਲੇ ਮੋੜ ਦੇ ਵਿੱਚ ਵੀ ਆਏ ਹੋ ਜੀ ਕਵਿਸ਼ਰੀ ਔਰ ਉਹ ਵੀ ਲੋਕਾਂ ਵੱਲੋਂ ਬੜੀ ਪਸੰਦ ਕੀਤੀ ਜਾ ਰਹੀ ਹੈ ਕਵਿਸ਼ਰੀ ਦੇ ਵਿੱਚ ਜਿਹੜਾ ਲੇਟੈਸਟ ਤੁਹਾਡਾ ਕਿਹੜਾ ਸੜੇ ਰੰਗ ਹੈ ਕਵਿਸ਼ਰੀ ਹੈ ਜੀ ਅਸੀਂ ਜਦੋਂ ਕੋਵਿਡ ਸੀਗਾ ਤਾਂ ਫ੍ਰੀ ਹੋ ਗਏ ਸੀ ਪਰ ਉਹ ਪ੍ਰੋਗਰਾਮ ਦਾ ਤੁਹਾਨੂੰ ਪਤਾ ਬੰਦ ਹੋ ਗਏ ਸੀ ਤਾਂ ਉਹ ਫਿਰ ਬਹੁਤ ਕੁਝ ਲਿਖਿਆ ਪਿਆ ਸੀ ਮੇਰੀ ਕਵਿਸ਼ਰੀ ਪਹਿਲਾਂ ਲਿਖੀ ਸੀ ਮੈਂ ਪਹਿਲਾਂ ਕਾਫੀ ਸਾਲ ਪਹਿਲਾਂ ਫਿਰ ਉਹਨੂੰ ਮੈਂ ਗੀਤ ਦੇ ਰੂਪ ਵਿੱਚ ਰਿਕਾਰਡ ਕਰਨੀ ਚਾਹੁੰਦਾ ਸੀ ਅੱਛਾ ਜੀ ਤੇ ਪਰ ਫਿਰ ਮੇਰੇ ਮਨ ਚਾਹੇ ਕਿ ਇਹਨੂੰ ਬਿਲਕੁਲ ਓਵੇਂ ਟ੍ਰੈਡੀਸ਼ਨਲ ਜਿਵੇਂ ਪੁਰਾਣਾ ਰੰਗ ਸੀਗਾ ਮੈਂ ਵੀਡੀਓ ਵੀ ਉਵੇਂ ਜਿਹੇ ਟੋਰੇ ਵਾਲੀ ਪੱਗ ਚਿੱਟੀ ਤੇ ਚਿੱਟਾ ਕੁੜਤਾ ਯਾਦਰਾ ਤੇ ਮੈਂ ਕਿਹਾ ਵੀ ਬਾਪੂ ਘਰਾਂ ਨੂੰ ਦਾਦੇ ਘਰਾਂ ਨੂੰ ਯਾਦ ਕਰਕੇ ਉਵੇਂ ਗਾਉਂਦੇ ਹਾਂ ਜਿਵੇਂ ਉਹਨਾਂ ਦਾ ਗੈਟਅੱਪ ਸੀਗਾ ਜੀ 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 ਤੇ ਉਹ ਬਾਬੂ ਰੱਜ ਬਲੀ ਸਾਹਿਬ ਵਾਲਾ ਜਿਹੜਾ ਰੰਗ ਸੀਗਾ ਮਤਲਬ ਉਹਨਾਂ ਤੋਂ ਜਦੋਂ ਉਹਨਾਂ ਨੂੰ ਪੜਿਆ ਤਾਂ ਮੈਂ ਲਿਖੀ ਫਿਰ ਉਹ ਬੜੀ ਪ੍ਰਵਾਨ ਕੀਤੀ ਤੇ ਅਸੀਂ ਚਾਰ ਪੰਜ ਕਵਿਸ਼ਰੀਆਂ ਚੈਰੀਆਂ ਦੇ ਬਾਗੇ ਕਿਧਰ ਵਾਸਤੇ ਵੀ ਕੁਝ ਲਿਖਿਆ ਅੱਛਾ ਜੀ ਹਾਂ ਖਾਸ ਕਰਕੇ ਹੋਣੀ ਦਿਓ ਮੈਂ ਤੇ ਕਹਿੰਦਾ ਮੈਂ ਹਾਂਜੀ ਉਹਦੀ ਤਾਂ ਚੈਰੀਆਂ ਦੇ ਬਾਗ ਤਾਂ ਤੁਸੀਂ ਚਲੋ ਬਾਅਦ ਸੁਣੋ ਪਰ ਉਹ ਗੱਲਾਂ ਪਿੰਡ ਦੀਆਂ ਦੀਆਂ ਦੋ ਲਾਈਨਾਂ ਸਾਰੀਆਂ ਜਰੂਰ ਜਰੂਰ ਉਹ ਗਾਉਂਦੇ ਤਾਂ ਹੀ ਤਿੰਨ ਜਣੇ ਨੇ ਨਾ ਉਦਾਂ ਉਹਦੇ ਵਿੱਚ ਮਿਊਜ਼ਿਕ ਨਹੀਂ ਹੁੰਦਾ ਪਰ ਮੈਂ ਕੋਸ਼ਿਸ਼ ਕਰਾਂਗਾ ਹਾਂਜੀ ਹੋ ਗੱਲਾਂ ਬਹੁਤ ਫਾਇਦੇਮੰਦ ਲੱਗੀਆਂ ਕਰਨੀ ਅਸੀਂ ਸੱਚੀਆਂ ਨੇ ਇਸ ਲਈ ਲੱਗਣੀਆਂ ਕੌੜੀਆਂ ਹੁੰਦਾ ਏ ਕਰੇਲਾ ਚੰਗਾ 슈ਗਰ ਦੇ ਵਾਸਤੇ ਜੀ ਰੋਗ ਨੂੰ ਵਧਾਉਂਦੀਆਂ ਨੇ ਮਿੱਠੀਆਂ ਪਕੌੜੀਆਂ ਹੋ ਪਿੰਡ ਤੋਂ ਹੀ ਕਰਦੇ ਆਂ ਗੱਲ ਆਪਾਂ ਸ਼ੁਰੂ ਯਾਰੋ ਪਿੰਡ ਜਿੰਨਾ ਬਾੜ ਕੀਤੇ ਹੋਰ ਜ਼ੋਰ ਹੁੰਦਾ ਨਹੀਂ ਹੋ ਨਸ਼ਿਆਂ ਤੇ ਲਾਵੇ ਪੋਰ-ਪੋਰ ਕੇ ਜ਼ਮੀਨ ਖਾਵੇ ਇਹਦੇ ਨਾਲੋਂ ਵੱਡਾ ਕੋਈ ਠੱਗ ਚੋਰ ਹੁੰਦਾ ਨਹੀਂ ਹੋ ਲਾਵੇ ਸਰਪੰਚ ਜੋ ਗਰਾਂਟਾ ਖਾਣ ਵਾਸਤੇ ਵੀ ਇਹਦੇ ਨਾਲੋਂ ਵੱਧ ਕੋਈ ਕਮੀਨਾ ਹੋਰ ਹੁੰਦਾ ਨਹੀਂ ਹੋ ਚਾਚੇ ਤਾਇਆ ਦੀ ਵੀ ਜਿਹੜਾ ਪੋਰਾ ਨਾ ਸ਼ਰਮ ਮਨ ਕਦੇ ਵੀ ਸੱਲ ਲੱਗਿਓ ਕਿਸੇ ਦਾ ਸ਼ੋਰ ਹੁੰਦਾ ਨਹੀਂ ਹੋਏ ਉਹਦਾ ਭਾਈ ਚਾਰੇ ਚ ਰਸੂਖ ਕੀਏ ਬਣਨਾ ਓ ਚਤੋਂ ਪੈਰ ਮੱਥੇ ਤੇ ਜੋ ਪਾਇ ਰੱਖੇ ਧੋੜੀਆਂ ਹੁੰਦਾ ਏ Karela ਚੰਗਾ ਸ਼ੂਗਰ ਦੇ ਵਾਸਤੇ ਜੀ ਰੋਗ ਨੂੰ ਵਧਾਉਂਦੀਆਂ ਨੇ ਮਿੱਠੀਆਂ ਪਕੌੜੀਆਂ ਕੀ ਕੀ ਬਾਤ ਹੈ ਕੀ ਬਾਤ ਹੈ ਬਹੁਤ ਖੂਬ ਮਤਲਬ ਦੇਖੋ ਹੁਣ ਆਮ ਤੁਹਾਡੇ ਗੀਤ ਜਿਹੜੇ ਨੇ ਨਾ ਉਹ ਬੜੇ ਠੰਡੇ ਠੰਡੇ ਮਿੱਠੇ ਮਿੱਠੇ ਜਿਹੜੇ ਗੀਤ ਨੇ ਉਹਦੇ ਚੈਨ ਲੱਗਦਾ ਕਿ ਬਿਲਕੁਲ ਤੁਹਾਡਾ ਜ਼ੋਰ ਨਹੀਂ ਲੱਗਦਾ ਹਾਂਜੀ ਕਵੀਸ਼ਰੀ ਤਾਂ ਹਾਈ ਪਿਚਚ ਵਾਲੀ ਕਵੀਸ਼ਰੀ ਫਿਰ ਜਦੋਂ ਐਨ ਉੱਪਰਲੀ ਹਾਈ ਪਿਚਚ ਦੇ ਵਿੱਚ ਗਾਉਂਦੇ ਆਂ ਤੇ ਫਿਰ ਪਤਾ ਲੱਗਦਾ ਕਿ ਹਾਂ ਵਾਕਈ ਆਵਾਜ਼ ਜਿਹੜੀ ਆ ਉਹ ਕਿੱਥੋਂ ਕ ਨਿਕਲਦੀ ਆ ਇੱਕ ਸਵਾਲ ਇਸ ਤੋਂ ਬਾਅਦ ਮੈਂ ਫਿਰ ਬ੍ਰੇਕ ਤੇ ਜਾਊਂਗਾ ਮੈਂ ਤੁਸੀਂ ਅਖਾੜੇ ਇੰਨੇ ਲਾਉਂਦੇ ਆਂ ਪਿੰਡਾਂ ਦੇ ਵਿੱਚ ਤੁਸੀਂ ਇੰਨੇ ਪ੍ਰੋਗਰਾਮ ਕੀਤੇ ਜੀ ਮੈਂ ਇਹ ਜਾਨਣਾ ਚਾਹੁੰਨਾ ਕਿ ਸਾਡਾ ਜਿਹੜਾ ਰੂਰਲ ਪੰਜਾਬ ਆ ਜੀ ਉਹ ਕਿਹੜਾ ਰੰਗ ਜ਼ਿਆਦਾ ਪਸੰਦ ਕਰਦਾ ਗਾਇਕੀ ਦਾ ਕਵੀਸ਼ਰੀ ਦਾ ਯਾ ਟਾਡੀਆਂ ਦਾ ਜਦੋਂ ਸਟੇਜਾਂ ਦੇ ਉੱਤੇ ਗਾਉਂਦੇ ਆ ਵੇਖੋ ਹਰ ਇੱਕ ਦਾ ਆਪੋ ਆਪਣਾ ਬਦਨਾਮ ਹੈ ਬਿਲਕੁਲ ਬਿਲਕੁਲ ਠੀਕ ਹੈ ਨਾ ਮਤਲਬ ਕਿਸੇ ਇੱਕ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆ ਛੋਟਾ ਬਟ ਸਟਿਲ ਫੇਰ ਬਹੁਤ ਆਤ ਹੈ ਜਿਹੜੀ ਹਾਂ ਹਾਂਜੀ ਉਹ ਲੋਕ ਨੇ ਜੀ ਫੋਕ ਨੂੰ ਪਸੰਦ ਕਰਦੇ ਨੇ ਉਹਨੂੰ ਜਿਵੇਂ ਸਾਡੀ ਸਟੇਜ ਤੇ ਹੁਣ ਪੰਜਾ ਉਧਰ ਡਿਊਟ ਵੀ ਅਸੀਂ ਗਾਉਂਦੇ ਹਾਂ ਨਾ ਦੁਕਾਨੇ ਨੇ ਗੁੱਡ ਮਾਰਨਿੰਗ ਜਿਹੜੀ ਕਾਸਟ ਸੀ ਉਹ ਦੁਕਾਨੇ ਉਂਦੇ ਸੀ ਸਾਰਾ ਜੀ 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 ਉਠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈ ਜੀ ਬਿਲਕੁਲ ਸੋ ਉਹ ਦੁਕਾਨੇ ਦਾ ਵੀ ਇੱਕ ਆਪਣਾ ਹੈਗਾ ਨਾਲ ਨਾਲ ਅਸੀਂ ਕਰਦੇ ਹਾਂ ਨਾ ਬਿਲਕੁਲ ਠੀਕ ਉਹਦੇ ਵਿੱਚ ਜਿਵੇਂ ਤੁਸੀਂ ਖਾਨਦਾਨੀ ਵਾਲਾ ਗੀਤ ਲੋਕ ਤੱਤ ਵੀ ਹੈ ਗਰੀਬੀ ਵਾਲਾ ਗਾਣਾ ਕਰ ਦਿੰਦਾ ਏ ਛੇਤੀ ਬੁੱਢੇ ਮਾੜਾ ਰੋ ਗਰੀਬੀ ਮੁਸ਼ਕਲ ਦੇ ਵਿੱਚ ਛੱਡ ਜਾਂਦੇ ਨੇ ਰਿਸ਼ਤੇਦਾਰ ਕਰੀਬੀ ਸੋ ਇਹ ਇਹ ਚੀਜ਼ਾਂ ਲੋਕ ਬੁਣ ਸੁਣ ਕੇ ਪਸੰਦ ਕਰਦੇ ਆ ਫਿਰ ਜਿਵੇਂ ਅਸੀਂ ਸਾਡਾ ਮੇਰਾ ਜਿਹੜਾ ਸਟਾਈਲ ਵਿਆਹ ਤੇ ਜਿਹ ਪ੍ਰੋਗਰਾਮ ਵੀ ਲੱਗਦੇ ਤੇ ਅਸੀਂ ਉੱਥੋਂ ਸ਼ੁਰੂ ਕਰਦੇ ਹਾਂ ਜੀ ਮਤਲਬ ਮਾ ਨੀ ਫਿਰ ਗਰੀਬੀ ਫਿਰ ਹੌਲੀ ਹੌਲੀ ਹਾਈਪ ਤੇ ਚੱਲਦਾ ਜਿਵੇਂ ਜਿਹਨੂੰ ਬੈਕ ਨਾ ਟਰਾਲੀ ਲਾਉਣੀ ਆਈ ਕਾਦਾ ਪੁੱਤ ਜੱਟ ਦਾ ਤੇ ਫਿਰ ਡਾਂਸਿੰਗ Song ਤਾਂ ਚੱਲੀ ਪੈਂਦੀ ਹੈ ਜੀ ਉਹ ਤੋਂ ਪਿੱਛੋਂ ਜਿਹੜਾ ਗਿੱਧੇ ਦੀਆਂ ਬੋਲੀਆਂ ਹੋਈਆਂ ਗਿੱਧਾ ਪੰਗੜਾ ਉਹ ਤੋਂ ਤੱਕ ਸ਼ਕਤੀਵਾਟਰ ਵੀ ਚੱਲਾ ਜਾਂਦਾ ਉਹ ਚੱਲਾ ਜਾਂਦਾ ਹਾਂ ਕਿੰਨੂਆਂ ਦਾ ਬਾਗ ਲੱਗਿਆ ਤੇਰੇ ਵਾਸਤੇ ਵਿਚਾਲੇ ਕੋਠੀ ਪਾਉਣੀ ਇਦਾਂ ਦੇ ਸਾਡੇ ਗਾਣੇ ਜਿਹੜੇ ਹੈਗੇ ਉਹ ਫਿਰ ਬੀਟ Song ਚੱਲਦੇ ਮਤਲਬ ਪੰਜਾਬ ਹਨਾ ਜੀ ਜਿਹੜਾ ਉਹ ਪੂਰੀ ਤਰ੍ਹਾਂ ਆਪਣੀਆਂ ਗੱਲਾਂ ਨੂੰ ਸੁਣ ਕੇ ਜਿਆਦਾ ਰਾਜੀ ਜਿਵੇਂ ਕਵੀਸ਼ਰੀ ਹੈ ਅਸੀਂ ਕਵੀਸ਼ਰੀ ਦੇ ਵਿੱਚ ਖੁੱਲੇ ਹੋ ਜਾਂਦੀ ਹੈ ਤੁਹਾਨੂੰ ਜੀ ਅੱਜ ਕੱਲ ਇਹ ਵੀ ਹੈ ਨਾ ਕਿ ਹੁਣ ਕਵਿਤਾ ਵਾਲਾ ਗਾਣਾ ਤਾਂ ਉਹਦੇ ਚ ਉਹਦੇ ਹਾਨ ਦੇ ਸ਼ਬਦ ਸਾਹਿਤਕ ਹੀ ਹੋਣਗੇ ਬਿਲਕੁਲ ਠੀਕ ਕਵਿਸ਼ਰੀ ਦੇ ਵਿੱਚ ਵੀ ਤੁਸੀਂ ਇਹ ਚੀਜ਼ਾਂ ਵੀ ਯੂਜ਼ ਕਰੇ ਮਿੱਠੀਆਂ ਪਕੌੜੀਆਂ ਹਮ ਹੁਣ ਬਹੁਤ ਜਿਹੜੀ ਨਵੀਂ ਜਨਰੇਸ਼ਨ ਹੈ ਮੈਨੂੰ ਤਾਂ ਪਕੌੜੀਆਂ ਨਹੀਂ ਹਾਂ ਉਹ ਸ਼ਬਦ ਸਾਡੇ ਐਂ ਟਰੈਵਲ ਕਰਦੇ ਆ ਜੀ ਪਹਿਲ ਗੀਤਾਂ ਰਾਹੀਂ ਪਹਿਲੀ ਪੀੜੀ ਤੋਂ ਦੂਜੀ ਪੀੜੀ ਤੱਕ ਸੋ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਇਹ ਸ਼ਬਦ ਵੀ ਸਾਡੇ ਜਿਉਂਦੇ ਰਹਿਣ ਤੇ ਕਵਿਸ਼ਰੀਆਂ ਜੇ ਤੁਸੀਂ ਉਹ ਪੁਰਾਣੇ ਸ਼ਬਦ ਜਿਹੜੇ ਉਹ ਯੂਜ਼ ਕਰ ਸਕਦੇ ਹਮ ਵਰਤ ਸਕਦੇ ਆ ਇਹ ਆਪਣਾ ਉਹ 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 ਆਉਦੇ ਆਪਣੇ ਸ਼ਬਦਾਂ ਨੂੰ ਇਹਨਾਂ ਦੇਸੀ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਨੇ ਬਿਲਕੁਲ ਠੀਕ ਹੈ ਜੀ ਮਤਲਬ ਅਜੇ ਪੰਜਾਬ ਆਪਾਂ ਇਹ ਕਹਿ ਸਕਦੇ ਆ ਕਿ ਆਪਣੀਆਂ ਜੜ੍ਹਾਂ ਦੇ ਨਾਲ ਜਾ ਜੁੜਦਾ ਜਾ ਜੁੜਦਾ ਜੀ ਮੈਂ ਇੱਕ ਹੋਰ ਚੀਜ਼ ਵੀ ਬਹੁਤ ਇਥੇ ਕਹਿਣੀ ਚਾਹੂੰਗਾ ਕਿ ਜੇ ਪੰਜਾਬ ਦੇ ਵਿੱਚ ਜਾਂ ਤਾਂ ਚਲੋ ਕਹਿ ਲਓ ਵੀ ਕਲਚਰ ਬਚਾਇਆ ਹੋਇਆ ਸਾਡਾ ਸਭਿਆਚਾਰ ਤਾਂ ਇੱਕ ਨਾ ਯੂਥ ਫੈਸਟੀਵਲ ਨੇ ਜਿਹੜੇ ਹਾਂ ਕਾਲਜਸ ਯੂਨੀਵਰਸਿਟੀਜ਼ ਦੇ ਵਿੱਚ ਤੁਸੀਂ ਜਦੋਂ ਕਿਤੇ ਜਾਓ ਯੂਥ ਫੈਸਟੀਵਲ ਜ਼ਰੂਰ ਅਟੈਂਡ ਕਰੋ ਤਾਂ ਉੱਥੇ ਤੁਹਾਨੂੰ ਪਤਾ ਲੱਗਦਾ ਅੱਛਾ ਯਾਰ ਫੋਕ ਹੈ ਇੰਨਾ ਸਾਂਭਿਆ ਹੋਇਆ ਇਹਨਾਂ ਦੀ ਹਾਂ ਜੱਗਾ ਝੁਗਨੀ ਜਿੱਥੇ ਜਿੱਥੇ ਵੀ ਜਾਂਦਾ ਟਰੈਡੀਸ਼ਨਲ ਪੰਗੜਾ ਜਿਹੜਾ ਹੂੰ 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 ਰਵ ਸਾਨੂੰ ਇੱਕ ਸਿਫਾਰਿਸ਼ ਵੀ ਆਈ ਹੈ ਕਿ ਜਿਹੜਾ ਗਰੀਬੀ Song ਹੈ ਉਹ ਜ਼ਰੂਰ ਤੁਹਾਡੇ ਕੋਲੋਂ ਸੁਣਨਾ ਹੈ ਵਕਫਾ ਇੱਕ ਲੈ ਲੈਣੀ ਹੈ ਜੀ ਕੀ Song ਸੁਣਾਗੇ ਜੀ ਜ਼ਰੂਰ ਰੰਜੀਤਾ ਲਿਵਾਲ ਜੀ ਇਹ ਗੀਤ ਵੀ ਆਪਾਂ ਜ਼ਰੂਰ ਸੁਣਾਗੇ ਬਰਾੜ ਸਾਹਿਬ ਕੋਲੋਂ ਇੱਕ ਵਕਫਾ ਲੈ ਲਿਆ ਜੀ ਵਾਪਸ ਆਉਣੇ ਆ ਸੁਣਦੇ ਰਹਿਣਾ ਤੁਸੀਂ Red FM ਤੇ ਬਰਾੜ ਸਾਹਿਬ ਆਪਾਂ ਸਭ ਤੋਂ ਪਹਿਲਾਂ ਤੇ ਫਿਰ ਗਰੀਬੀ ਜਿਹੜਾ Song ਸੀਗਾ ਹਾਂਜੀ ਹਾਂਜੀ ਬਿਲਕੁਲ ਉਹ ਥੋੜਾ ਜਿਆਦਾ ਤਰਨਮਛ ਹੋ ਜਾਵੇ ਜੀ ਹਮ ਹੋ ਕਰ ਦਿੰਦਾ ਏ ਛੇਤੀ ਬੁੱਢੇ ਮਾੜਾ ਰੋਗ ਗਰੀਬੀ ਮੁਸ਼ਕਿਲ ਦੇ ਵਿੱਚ ਛੱਡ ਜਾਂਦੇ ਨੇ ਰਿਸ਼ਤੇਦਾਰ ਕਰੀਬੀ ਪਰ ਮਾੜਾ ਵਕਤ ਵੀ ਚੰਗਾਈ ਹੁੰਦਾ ਸਭ ਦੀ ਪਰ ਖਿਖਰਾਜੇ ਹੋਏ ਮਾੜਾ ਵਕਤ ਵੀ ਚੰਗਾਈ ਹੁੰਦਾ ਸਭ ਦੀ ਪਰ ਖਿਖਰਾਜੇ ਅਸਲੀ ਸੱਜਣ ਉਹੀ ਔਖੇ ਵੇਲੇ ਜੋ ਕਮ ਆਜੇ ਜੇ ਜਿਹੜੀ ਮਹਿੰਦੀ ਰੰਗ ਨਾ ਦੇਵੇ ਕੀ ਫਿਰ ਉਸ ਦਾ ਲਾਣਾ ਹੋ ਜਿੱਥੇ ਗਿਆ ਦੀ ਕਦਰ ਨਾ ਉਥੇ ਕਾਦਾ ਹੁੰਦਾ ਜਾਣਾ ਹੋ ਤੰਦਰੁਸਤੀਆਂ ਰੱਖੇ ਮਾਲਕ ਕੁਛ ਨਹੀਂ ਪੈਸੇ ਥੇਲੇ ਹੋ ਤੰਦਰੁਸਤੀਆਂ ਰੱਖੇ ਦਾਤਾ ਕੁਛ ਨਹੀਂ ਪੈਸੇ ਥੇਲੇ ਓਏ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਕਿਆ ਬਾਤ ਹੈ ਕਿਆ ਬਾਤ ਹੈ ਵੀ ਇਹ ਵੀ ਦੇਖੋ ਇਹ ਜ਼ਿੰਦਗੀ ਦੀਆਂ ਸਚਾਈਆਂ ਨੇ ਜੀ ਜੀ ਬਿਲਕੁਲ ਇਸ ਬਹਿਰ ਦੇ ਵਿੱਚ ਇਸ ਤਰ੍ਹਾਂ ਚ ਮੈਂ 2-3 ਗੀਤ ਦਰਦ ਗਾਣਾ ਇੱਕ ਕੀਤਾ ਉਹਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਵਾਚ ਕਰਦੇ ਹਾਂ ਨਾ ਉਹ ਹੀ ਮੈਂ ਕਿ ਲਿਖਿਆ ਸੀ ਕਿ ਸਾਡੇ ਪਿੰਡ ਦਾ ਨਾਮ ਮਹਾਬੱਧਰਾ ਜੀ ਹਾਂਜੀ ਮੈਂ ਜੀ ਮਹਾਬੱਧਰ ਵੀ ਹੁਣ ਗੁਰਵਿੰਦਰਾ ਉਹ ਗੱਲਾਂ ਨਾ ਰਹੀਆਂ ਸੱਥਾਂ ਤੋਂ ਲੈ ਗੁਰੂ ਘਰਾਂ ਤੱਕ ਥਾਂ ਥਾਂ ਵੰਡੀਆਂ ਪਈਆਂ ਤੇ ਰਿਸ਼ਤੇ ਮੋਹ ਮੁਹੱਬਤਾਂ ਵਾਲੇ ਜਾਣ ਦਿਨੋਂ ਦਿਨ ਘਟਦੇ ਹੁਣ ਤਾਂ ਲੋਕ ਸ਼ਮਸ਼ਾਨਾਂ ਵਿੱਚ ਵੀ ਹੱਸਣੋਂ ਨਹੀਂ ਹਟਦੇ ਹਾਂ ਨਹੀਂ ਹਟਦੇ ਤੁਸੀਂ ਆ ਜਿਹੜੀ ਗੱਲ ਕੀਤੀ ਹੈ ਬ੍ਰਾਹਮਣ ਸਾਹਿਬ ਮੈਂ ਥੋੜਾ ਜਿਹਾ ਇਹਦੇ ਬਾਰੇ ਵੀ ਜਾਨਣਾ ਚਾਹੁੰਨਾ ਸਾਡੇ ਲੋਕਾਂ ਦੀ ਸਾਈਕੀ ਕਿੱਧਰ ਨੂੰ ਜਾ ਰਹੀ ਹੈ ਦੇਖੋ ਇਹ ਗੀਤ ਤੁਹਾਡੇ ਸਾਰੇ ਸੁਣਦੇ ਨੇ ਜੀ ਆ ਜਿਵੇਂ ਗਰੀਬੀ ਵਾਲਾ ਗੀਤ ਆ ਸ਼ਮਸ਼ਾਨ ਵਾਲਾ ਵੀ ਗੀਤ ਜਿਹੜਾ ਤੁਸੀਂ ਸੁਣਨਗੇ ਸਾਰੇ ਵੰਡੀਆਂ ਦੀ ਗੱਲ ਵੀ ਸਾਰਿਆਂ ਨੂੰ ਚੰਗੀ ਲੱਗੂਗੀ ਪਰ ਇਹ ਤੁਹਾਨੂੰ ਲੱਗਦਾ ਵੀ ਲੋਕਾਂ ਦੇ ਉੱਤੇ ਅਸਰ ਵੀ ਕਰਦੀ ਇਹਨਾਂ ਗੱਲਾਂ ਵਾਸਤੇ ਬਹੁਤ ਘਟ ਜੀ ਹਨ ਜੀ ਅਸੀਂ ਪ੍ਰੈਕਟੀਕਲ ਘਟ ਹੁੰਨੇ ਆ ਉਹੀ ਗੱਲ ਜਿਵੇਂ ਗੱਲ ਕਰਦੇ ਹੁੰਨੇ ਆ ਕਿ ਥੀਏਟਰ 'ਚ ਬੈਠੇ ਤਾਂ ਸਾਰੇ ਆਪੇ ਹੀਰੋ ਨਾ ਹੁੰਨੇ ਆ ਹੂੰ ਤੇ ਬਾਹਰ ਨਿਕਲਦੇ ਵਿਲਨ ਵਾਲੇ ਉਹਦੇ 'ਚ ਰੋਲ ਛਾ ਜਾਂਦੇ ਆ ਹਨਾ ਹੂੰ ਬੜੀ ਗਹਿਰੀ ਗੱਲ ਤੁਸੀਂ ਇਹ ਵੀ ਕਹਿ ਗਏ ਹੋ ਤੇ ਆਖਰੀ ਸਵਾਲ ਜੇ ਮੈਂ ਤੁਹਾਨੂੰ ਪੁੱਛਣਾ ਹੋਵੇ ਵੀ ਗੁਰਵਿੰਦਰ ਬਰਾੜ ਨੇ ਅੱਜ ਤੱਕ ਜਿੰਨਾ ਵੀ ਕੰਮ ਕੀਤਾ ਜੀ ਤੇ ਉਹਦੇ ਵਿੱਚੋਂ ਜੇਕਰ ਮੈਂ ਕਹਾਾਂ ਵੀ ਵੈਸੇ ਤਾਂ ਇਹ ਨਾ ਇਨਸਾਫੀ ਵਾਲੀ ਗੱਲ ਹੀ ਹੁੰਦੀ ਹੈ ਕਿਉਂਕਿ ਜਿੰਨੀਆਂ ਵੀ ਆਪਣੀਆਂ ਕਿਰਤਾਂ ਹੁੰਦੀਆਂ ਉਹਨਾਂ 'ਚੋਂ ਜੇ ਕਿਸੇ ਇੱਕ ਨੂੰ ਕਹੀਏ ਵੀ ਆ ਅੱਜ ਤੱਕ ਦੀ ਮੇਰੀ ਹੁਣ ਤੱਕ ਦੀ ਜਿਹੜੀ ਹੈ ਬੈਸਟ ਆ ਆਉਣ ਵਾਲਾ ਸਮਾਂ ਅਜੇ ਪਤਾ ਨਹੀਂ ਮਹਾਰਾਜ ਨੇ ਕਰੀ ਕਿਰਾ ਦੇਣਾ ਜੀ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਆ ਸਰਵੋਤਮ ਕਿਰਤ ਮੇਰੀ ਹੁਣ ਤੱਕ ਕਿਹੜੀ ਸੀ ਦੇਖੋ ਜੀ ਇਹ ਤਾਂ ਵੈਸੇ ਤਾਂ ਸਰੋਤਿਆਂ ਨੇ ਡਿਸਾਈਡ ਕਰਨਾ ਹੁੰਦਾ ਪਰ ਮੈਨੂੰ ਜਿਵੇਂ Shiv ਦੀ ਕਿਤਾਬ ਹੈ ਹੂੰ ਇਹ ਮੈਨੂੰ ਇਹ ਲੱਗਦਾ ਕਿ ਗਾਣਾ ਇਕ ਕਮੀਲ ਪੱਥਰ ਬਣ ਮੈਂ ਰਿਕਾਰਡ ਐਸਾ ਬਣਾ ਨਹੀਂ ਕੀਤਾ ਸੀਗਾ ਕਿ ਸ਼ੌਂਕ ਨਾਲ ਹੀ ਕੀਤਾ ਸੀ ਤੁਹਾਨੂੰ ਸਹੀ ਦੱਸਾਂ ਸ਼ੌਂਕ ਨਾਲ ਇਹਦੇ ਵੀਡੀਓ ਬਣਾਇਆ ਸੀਗਾ ਵੀ ਚੱਲ ਯਾਰ ਇਦਾਂ ਦਾ ਗਾਣਾ ਕਰੀ ਪਰ ਉਹ ਇੰਨਾ ਹਿੱਟ ਹੋਇਆ ਚੱਲਿਆ ਹਨਾ ਸੋ ਕਵਿਤਾ ਗਾਣਾ ਜੀ ਇਹ ਮੈਨੂੰ ਅੱਛਾ ਜਾਂ ਗਰੀਬੀ ਹੈ ਜਿਵੇਂ ਇਹ ਇਹ ਚੀਜ਼ਾਂ ਦਿਲ ਦੇ ਨੇੜੇ ਹੈ ਜੀ ਸਦਾ ਨਹੀਂ ਰਹਿਣੇ ਮਾਪੇ ਪਹਿਲਾਂ ਰੱਬ ਦੀਆਂ ਸਾਮ ਸੁਗਾਤਾਂ ਪੈਸਾ ਫੇਰ ਕਮਾ ਲਈ ਸੋ ਉਹ ਉਹ ਚੀਜ਼ਾਂ ਹਮੇਸ਼ਾ ਹੀ ਦਿਲ ਦੇ ਨੇੜੇ ਹੁੰਦੀਆਂ ਨੇ ਜੀ ਬਹੁਤ ਅੱਛੇ ਬਹੁਤ ਖੂਬ ਤੇ ਬ੍ਰਾਦ ਸਾਹਿਬ ਕਲੋਜ਼ਿੰਗ ਦੇ ਵਿੱਚ ਕੀ ਕਹਿਣਾ ਚਾਹੋਗੇ ਮੈਂ ਜੀ ਸਭ ਤੋਂ ਪਹਿਲਾਂ ਤਾਂ ਰੈਡ ਐਫਐਮ ਦਾ ਤੁਹਾਡਾ ਪਨੋਂ ਸਾਹਿਬ ਸਾਰੀ ਟੀਮ ਦਾ ਮੈਂ ਧੰਨਵਾਦ ਕਰਨਾ ਚਾਹੁੰਗਾ ਮੇਰੇ ਧੰਨ ਭਾਗ ਕਿਉਂਕਿ ਇਹ ਇੱਕ ਹਰ ਇੱਕ ਆਦਾਰੇ ਦਾ ਕਮਿਆਰ ਹੈ ਔਰ ਮੇਰਾ ਮੇਰੇ ਲਈ ਇਥੇ ਇੰਟਰੂ ਕਰਨਾ ਵੀ ਮੇਰੇ ਮੇਰੇ ਲਈ ਕਵਾਰਡ ਹੈ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਭ ਦੀ ਸਰੋਤਿਆਂ ਦੀ ਬਹੁਤ ਮਿਹਰਬਾਨੀ ਜਿਹੜੇ ਕਿ ਸਾਫ ਸੁਥਰੀ ਗਾਇਕੀ ਨੂੰ ਸੁਣਦੇ ਐ ਔਰ ਪੰਜਾਬ ਦੇ ਵਿੱਚ ਵੀ ਲਗਾਤਾਰ ਖਾੜਾਂ ਚ ਬਿਜ਼ੀ ਰੱਖਦੇ ਆ ਵਿਆਹਾਂ ਦੇ ਪ੍ਰੋਗਰਾਮਾਂ ਚ ਬਿਜ਼ੀ ਰੱਖਦੇ ਨੇ ਸੋ ਇਹ ਹੁਣ ਰੋਜ਼ੀ ਰੋਟੀ ਐ ਨੌਕਰੀਆਂ ਤਾਂ ਛੱਡੀਆਂ ਹੋਈਆਂ ਨੇ ਹਾਂਜੀ ਸੋ ਸਾਰਿਆਂ ਦਾ ਹੀ ਤੈਅ ਦਿਲ ਤੋਂ ਸ਼ੁਕਰਗੁਜ਼ਾਰਾਂ ਜੀ ਕਲਾਕਾਰ ਤਾਂ ਲੋਕਾਂ ਦੇ ਆਸਰੇ ਥੀਏ ਬਿਲਕੁਲ ਠੀਕ ਬਿਲਕੁਲ ਠੀਕ ਹੈ ਔਰ ਬਹੁਤ ਸਾਰਾ ਪਿਆਰ ਸੁਨੇਹਿਆਂ ਦੇ ਰੂਪ ਦੇ ਵਿੱਚ ਵੀ ਇੱਥੇ ਸਾਡੇ ਕੋਲ ਪਹੁੰਚਿਆ ਹੋਇਆ ਜੀ ਤੁਹਾਨੂੰ ਮੈਂ ਆਫਰ ਜ਼ਰੂਰ ਸੁਣਾਵਾਂਗਾ ਬਹੁਤ ਬਹੁਤ ਸ਼ੁਕਰੀਆ ਬਰਾਦ ਸਾਹਿਬ ਮਿਹਰਬਾਨੀ ਬਈ ਸਤਿ ਸ੍ਰੀ ਅਕਾਲ